ਇਸੇ ਦਿਨ ਵਾਲੇ ਇੱਕ ਪਾਸੇ ਸੁਬਰਾਮਣੀਅਮ ਸਵਾਮੀ ਦਾ ਬਿਆਨ ਸਾਹਮਣੇ ਆਇਆ ਤਾਂ ਦੂਜੇ ਪਾਸੇ ਕੇਂਦਰੀ ਮੰਤਰੀ ਹਰ ਸਿਮਰਤ ਕੋਰ ਬਾਦਲ ਨੇ ਕਹਿ ਦਿੱਤਾ ਕਿ ਆਪਰੇਸ਼ਨ ਬਲੂ ਸਟਾਰ ਨਾਲ ਸੰਬੰਧਿਤ ਫਾਈਲਾਂ ਜਨਤਕ ਕੀਤੀਆਂ ਜਾਣ ਹਰ ਸਿਮਰਤ ਕੋਰ ਬਾਦਲ ਨੇ ਇੱਥੋਂ ਤੱਕ ਮੰਗ ਕਰ ਦਿੱਤੀ ਕਿ ਆਪਰੇਸ਼ਨ ਬਲੂ ਸਟਾਰ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਹਰ ਸਿਮਰਤ ਕੋਰ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਬੀ ਟੀਮ ਆਮ ਆਦਮੀ ਪਾਰਟੀ ਅੱਜ ਵੀ ਇਹੋ ਕੁਝ ਕਰ ਰਹੀ ਹੈ ਸੀਬੀਆਈ ਦੇ ਜਗਦੇਸ਼ ਟਾਈਟਲ ਦੇ ਖਿਲਾਫ ਸੱਜਨ ਕੁਮਾਰ ਦੇ ਖਿਲਾਫ ਪੂਰੇ ਸਬੂਤ ਜਿਹੜੇ ਪਿਛਲੇ 10 ਸਾਲ ਤੋਂ ਦਬਾ ਕੇ ਰੱਖੇ ਸੀਗੇ ਇਹ ਸਾਰੇ ਸਬੂਤ ਪੇਸ਼ ਕਰਕੇ ਉਹਨਾਂ ਦੀ ਇਨਕੁਆਇਰੀ ਹੋ ਰਹੀ ਹੈ ਜਾਂਚ ਹੋ ਰਹੀ ਹੈ ਅਸੀਂ ਆ ਵੀ ਮੰਗ ਕੀਤੀ ਹੈ ਕਿ ਜਦ ਦਰਬਾਰ ਸਾਹਿਬ ਦੇ ਟੈਂਕਾ ਤੋਪਾਂ ਨਾਲ ਜਿਹੜੇ ਹਮਲੇ ਕੀਤੇ ਗਏ ਉਹਨਾਂ ਦੀ ਫਾਈਲਸ ਵੀ ਡੀਕਲਾਸੀਫਾਈ ਕੀਤੀਆਂ ਜਾਣ ਤੇ ਦੇਸ਼ ਦੇ ਸਾਹਮਣੇ ਕਿ ਆਰਡਰ ਕਿਵੇਂ ਦਿੱਤੇ ਸੀ ਤੇ ਕਿਹਨੇ ਦਿੱਤੇ ਸੀ ਦੇਸ਼ ਦੀ ਜਨਤਾ ਨੂੰ ਆ ਵੀ ਚੰਗੀਤ ਰਾਜਤ ਸਾਰਿਆਂ ਨੂੰ ਪਤਾ ਹੀ ਹੈ ਪਰ ਉਹ ਜਿਹੜੀ ਰਿਕਾਰਡਿੰਗ ਹੋਇਆ ਸੀ ਉਹ ਵੀ ਦੇਸ਼ ਦੇ ਸਾਹਮਣੇ ਆਣੀਆਂ ਚਾਹੀਦੀਆਂ ਨੇ ਤੇ ਹਕੀਕਤ ਜਿਹੜਾ ਸਾਰੀ ਦੁਨੀਆ ਜਾਣਦੀ ਹੈ ਕਿ ਕਾਂਗਰਸੀਆਂ ਨੇ ਕਤਲੇਆਮ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਿੱਥੇ ਦਰਬਾਰ ਸਾਹਿਬ 'ਤੇ ਹਮਲੇ ਕੀਤੇ ਅੱਜ ਉਹੀ ਉਹਨਾਂ ਦੀ ਬੀ ਟੀਮ ਆਮ ਆਦਮੀ ਪਾਰਟੀ ਅੱਜ ਵੀ ਸੀਸਗੰਨ ਸਾਹਿਬ ਗੁਰਦੁਆਰੇ 'ਤੇ ਬੁਲਡੋਜ਼ਰ ਫੇਰ ਰਹੀ ਹੈ ਇਹਨਾਂ ਪਾਰਟੀਆਂ ਦੀ ਹਕੀਕਤ ਦੇਸ਼ ਦੇ ਲੋਕਾਂ ਦੇ ਸਾਹਮਣੇ ਹੋਣੀ ਚਾਹੀ ਇੱਕ ਪਾਸੇ ਤਾਂ ਭਾਜਪਾ ਦੇ ਆਗੂ ਵੱਲੋਂ ਇਹ ਕਹਿਣਾ ਕਿ ਜਰਨੈਲ ਸਿੰਘ ਪਿੰਡਰਾਵਾਲੇ ਸਿੱਖ ਪ੍ਰਚਾਰਕ ਸਨ ਤੇ ਦੂਜੇ ਪਾਸੇ ਨਾਲ ਹੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਉਣਾ ਕਿ ਆਪਰੇਸ਼ਨ ਬਲੂ ਸਟਾਰ ਨਾਲ ਸੰਬੰਧਿਤ ਫਾਈਲਾਂ ਜਨਤਕ ਤੌਰ ਤੇ ਸਾਹਮਣੇ ਲਿਆਂਦੀਆਂ ਜਾਣ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ